ਅਸਲਾਮ ਵਾਲੇਕੁਮ ਜੀ ਮੈਂ ਪਿਆਰ ਪਰੀ ਸਤਿ ਸ਼੍ਰੀ ਅਕਾਲ ਆਦਾਬ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਅੱਜ ਅਸੀਂ ਫੇਰ ਪਹੁੰਚ ਗਏ 1 ਮਹੀਨੇ ਬਾਅਦ ਗੁਰਦੁਆਰਾ ਸ੍ਰੀ ਪਹਿਲੀ ਪਾਸ਼ਾ ਇਚਾ ਬਾਬਾ ਗੁਰੂ ਨਾਨਕ ਸਾਹਿਬ ਤੇ ਪਹੁੰਚ ਗਏ ਅਸੀਂ ਐਸੀ ਉਸ ਰੋਡ ਤੇ ਖਲੋਤੇ ਹੋਏ ਹਾਂ ਜਿਹਨੂੰ ਕਿ ਗ੍ਰੈਂਡ ਟ੍ਰੰਕ ਰੋਡ ਕਿਹਾ ਜਾਂਦਾ ਜਿਹਨੂੰ ਜੀਟੀ ਰੋਡ ਕਿਹਾ ਜਾਂਦਾ ਸੀ ਅਸਲੀ ਜੀਟੀ ਰੋਡ ਦੇ ਉੱਤੇ ਅਗਰ ਇਸ ਪਾਸੇ ਦੇਖੋ ਤੇ ਸਰਾਈ ਰਾਜੂ ਹੈ ਜਿਹੜੀ ਕਿਸ ਰਾਏ ਰਾਜੂ ਮੁਗਲੀਆਂ ਦੌਰ ਦੇ ਵਿੱਚ ਏਜੀਟੀ ਰੋਡ ਹੁੰਦਾ ਸੀ ਜੀ ਅਸਲੀ ਅੱਜ ਜਿੱਥੋਂ ਦੀ ਖੇਤ ਬਣੇ ਹੋਏ ਨੇ ਇਸ ਵੇਲੇ ਸੈਸਮੀ ਯਾਨੀ ਕਿ ਤਿਲਾਂ ਦੇ ਖੇਤ ਲੱਗੇ ਪਏ ਨੇ ਤਿਲਾਂ ਦੀ ਫਸਲ ਜਿਹੜੀ ਹੈ ਉਹ ਬਿਲਕੁਲ ਇਸ ਵੇਲੇ ਤਿਆਰ ਹੈ ਬਿਲਕੁਲ ਜੀ ਚਵਾ ਬਾਬਾ ਗੁਰਨਾਨਕ ਸਾਹਿਬ ਦੇ ਲਾਗੇ ਤੇਲ ਲੱਗੇ ਹੋਏ ਨੇ ਕਿਹੜੇ ਤੇਲ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਇਹਨਾਂ ਤਿਲਾਂ 'ਚ ਤੇਲ ਕੋਈ ਨਹੀਂ ਇਹ ਉਹ ਵਾਲੇ ਤੇਲ ਨੇ ਜੀ ਵੇਲੇ ਤੇਲ ਨੇ ਬਿਲਕੁਲ ਜੀ ਜਿਨ੍ਹਾਂ ਨੂੰ ਸੈਸਮੀ ਕਿਹਾ ਜਾਂਦਾ ਜਿਨ੍ਹਾਂ 'ਚ ਆਇਲ ਵੀ ਨਿਕਲਦਾ ਜਿਹਦੇ 'ਚ ਮਿੱਠਾ ਤੇਲ ਵੀ ਨਿਕਲਦਾ ਹੈ ਤੇ ਪਿੱਛੇ ਤੁਹਾਨੂੰ ਨਜ਼ਰ ਆ ਰਿਹਾ ਗੁਰਦੁਆਰਾ ਸ੍ਰੀ ਪਹਿਲੀ ਪਾਸੇ ਚਾਵਾ ਬਾਬਾ ਗੁਰਨਾਕ ਸਾਹਿਬ ਉਹਦੇ ਸਾਹਮਣੇ ਬਿਲਕੁਲ ਜਿਹੜੇ ਫੀਲਡਸ ਨੇ ਅੱਜ ਅਸੀਂ ਆਪਣੀ ਰਿਕਾਰਡਿੰਗ ਦਾ ਜਿਹੜਾ ਸ਼ੁਰੂਆਤ ਹੈ ਉਸ ਜਗ੍ਹਾ ਤੋਂ ਕਰ ਰਹੇ ਹਾਂ ਇਹ ਉਹ ਜਗ੍ਹਾ ਹਨ ਜਿੱਥੋਂ ਕਿ ਬਾਬਾ ਗੁਰਨਾਕ ਸਾਹਿਬ ਟਿੱਲੇ ਆਉਂਦੇ ਜਾਂਦੇ ਹੋਏ ਮਤਲਬ ਕਿ ਗੁਜ਼ਰੇ ਨੇ ਇਹ ਉਹਨਾਂ ਕਦਮਾਂ ਦੇ ਉੱਤੋਂ ਅਸੀਂ ਇਸ ਜਗ੍ਹਾ ਦੇ ਉੱਤੇ ਅੱਜ ਟੁਰਕੇ ਆਏ ਹਾਂ ਕਿ ਅਸੀਂ ਕਹੀਏ ਕਿ ਅੱਜ ਤੁਹਾਨੂੰ ਬਿਲਕੁਲ ਥੋੜਾ ਜਿਹਾ ਅਲੱਗ ਅੰਦਾਜ਼ ਤੋਂ ਜਿਹੜਾ ਦਿਖਾਈਏ ਗੁਰਦੁਆਰੇ ਸਾਹਿਬ ਦੀ ਚਲਕ ਜੜੀ ਹੈ ਚਲਦੇ ਹਾਂ ਅੱਗੇ ਅੱਗੇ ਇੱਕ ਡਿੱਗਿਆ ਹੋਇਆ ਇੱਕ ਪੋਰਸ਼ਨ ਹੈ ਤਲਾਕੀ ਗੇਟ ਦਾ ਠੀਕ ਹੈ ਜੀ ਕਾਰਨਰ ਜਿਹੜਾ ਹੈ ਇੱਥੇ ਗੋਲ ਗੋਲ ਬਣਿਆ ਹੋਏਗਾ ਕਿਸੇ ਦੌਰ ਦੇ ਵਿੱਚ ਜਿੱਥੋਂ ਕਿ ਆਰਮੀਜ਼ ਵਗੈਰਾ ਅਟੈਕ ਕਰਦੀਆਂ ਸਨ ਇਧਰੋਂ ਆਉਣ ਦਾ ਮਕਸਦ ਹੈ ਸੀ ਕਿ ਦੱਸਣਾ ਐ ਸੀ ਕਿ ਵੀ ਜਦੋਂ ਲੋਕ ਪੁਰਾਣੇ ਵਕਤ ਦੇ ਵਿੱਚ ਇੱਥੋਂ ਲੰਘਦੇ ਸੀ ਅਸਲ ਲਾਂਗਾ ਘੜਾ ਸੀ ਉਹ ਉਹ ਜੀਟੀ ਰੋਡ ਕਿਹੜਾ ਸੀ ਗ੍ਰੈਂਡ ਟਰੰਕ ਰੋਡ ਕਿਹੜਾ ਸੀ ਇੱਥੇ ਲੰਗਰ ਚੱਲਦੇ ਸੀ ਇੱਥੇ ਡਿਸਪੈਂਸਰੀ ਸੀ ਇੱਥੇ ਸੇਵਾ ਕੀਤੀਆਂ ਜਾਂਦੀਆਂ ਸਨ ਇਹ ਪ੍ਰੋਗਰਾਮ ਤੁਸੀਂ ਰਣਜੀਤ ਨਿਗਾਰਾ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਆਫ ਦਿ ਯੂ ਐਸ ਏ ਮੰਟਿਕਾ ਸਿਟੀ ਕੈਲੀਫੋਰਨੀਆ ਤੋਂ ਇਹ ਦੇਖ ਰਹੇ ਹੋ ਤੁਸੀਂ ਤੇ 올 ਰਾਈਟਸ ਆਰ ਰਿਜ਼ਰਵਡ ਬਾਈ ਰਣਜੀਤ ਨਿਗਾਰਾ ਮੰਟਿਕਾ ਕੈਲੀਫੋਰਨੀਆ ਯੂ ਐਸ ਏ ਸਾਡੀ ਟੀਮ ਜਿਹੜੀ ਹੈ ਐਕਸਪਲੋਰ ਕਰ ਰਹੀ ਹੈ ਡੇ ਬਾਈ ਡੇ ਕੁਛ ਨਾ ਕੁਛ ਨਵਾਂ ਨਿਕਲ ਰਿਹਾ ਹੈ ਕਹਿ ਲਵੋ ਤੁਸੀਂ ਕਿ ਜਦੋਂ ਆਰਕੀਓਲੋਜੀਕਲ ਖਦਾਈਆਂ ਕੀਤੀਆਂ ਜਾਂਦੀਆਂ ਨੇ ਤਾਂ ਉਹਨਾਂ ਦੇ ਵਿੱਚ ਕੁਛ ਨਾ ਕੁਛ ਨਵਾਂ ਮਿਲਦਾ ਹੈ ਚੱਲਦੇ ਆ ਅੱਜ ਤੁਹਾਨੂੰ ਦਿਖਾਣੇ ਆ ਅੱਗੇ ਕਿ ਕੀ ਨਵਾਂ ਲੱਭਾ ਸਾਨੂੰ ਕਿ ਇਹ ਦੁਬਾਰਾ ਤੋਂ ਜਿੱਥੇ ਆਪਾਂ ਆਰਕੀਓਲੋਜੀਕਲ ਸਰਵੇ ਹੋ ਰਿਹਾ ਹੈ ਕਿ ਪਹਿਲੇ ਆਪਾਂ ਦੱਸਣਾ ਚਾਹੁੰਦੇ ਆ ਕਿ ਇੱਥੇ ਹੈ ਕੀ ਕੀ ਸੀਗਾ ਪ੍ਰਾਤਣ ਪ੍ਰਾਤਣ ਜਦੋਂ ਸਰਦਾਰ ਚਰਟ ਚਰਟ ਸਿੰਘ ਸੋਕਰ ਚੱਕੀਆਂ ਨੇ ਜਦੋਂ ਇੱਥੇ ਬੁਨਿਆਦ ਰੱਖੀ ਸੀ ਉਸ ਟਾਈਮ ਤੋਂ ਲੈ ਕੇ ਮਹਾਨ ਸਿੰਘ ਸੁਖਾ ਚੱਕਿਆ ਹੋਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਸੁਖਾ ਚੱਕਿਆ ਦੇ ਦੌਰ ਤੱਕ ਕੀ ਕੀ ਚੀਜ਼ਾਂ ਜੜੀਆਂ ਨੇ ਉਹ ਇੱਥੇ ਬਣੀਆਂ ਆ ਕਿਸ ਕਿਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਤਬਦੀਲੀ ਹੁੰਦੀ ਰਹੀ ਕਿਸ ਤਰ੍ਹਾਂ ਕਿਸ ਤਰ੍ਹਾਂ ਕੁਝ ਨਵਾਂ ਐਡ ਹੁੰਦਾ ਰਿਹਾ ਟਾਈਮ ਬਾਈ ਟਾਈਮ ਤੇ ਸਾਡੀ ਆਰਕੀਓਲੋਜੀਕਲ ਟੀਮ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੀ ਹੈ ਕਿ ਇਹਨਾਂ ਚੀਜ਼ਾਂ ਨੂੰ ਅੱਛੇ ਤਰੀਕੇ ਨਾਲ ਪਹਿਲੇ ਪੜਿਆ ਜਾਵੇ ਕਿ ਕਿਦਾਂ ਚੀਜ਼ਾਂ ਜਿਹੜੀਆਂ ਨੇ ਵਕਤ ਦੇ ਨਾਲ-ਨਾਲ ਮਿੱਟੀ ਦੇ ਥੱਲੇ ਦਬਹ ਹੋ ਗਈਆਂ ਸੀ ਉਹ ਹੁਣ ਬਾਹਰ ਨਿਕਲਣਗੀਆਂ ਫੇਰ ਹੀ ਸਾਹਮਣੇ ਆਏਗਾ ਕਿ ਅਸਲ ਕੀ ਸੀ ਔਰ ਗੁਰਦੁਆਰੇ ਨੂੰ ਕਿਸ ਤਰ੍ਹਾਂ ਪ੍ਰੀਜ਼ਰਵ ਕਰਨਾ ਹੈ ਜਿਵੇਂ ਕਿ ਇਸ ਸਰੋਵਰ ਦੇ ਨਾਲ ਖਦਾਈ ਕੀਤੀ ਗਈ ਹੈ ਸਰੋਵਰ ਸਾਹਿਬ ਦੇ ਨਾਲ-ਨਾਲ ਖਦਾਈ ਕੀਤੀ ਜਾ ਰਹੀ ਹੈ ਔਰ ਉਥੋਂ ਕਾਫੀ ਲੇਅਰਜ਼ ਨਿਕਲ ਰਹੀਆਂ ਨੇ ਜਿਹੜਾ ਕਿ ਕੈਲਵੋ ਚਕਵਾਲ ਸਟੋਨ ਹੈ ਸੈਂਡ ਸਟੋਨ ਹੈ ਔਰ ਉਹਦੇ ਨਾਲ-ਨਾਲ ਹੋਰ ਲੇਅਰਜ਼ ਜਿਹੜੀਆਂ ਨੇ ਉਹ ਮਿਲ ਰਹੀਆਂ ਨੇ ਇਹ ਇਹ ਬੜੀ ਮਜ਼ੇਦਾਰੀ ਗੱਲ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਖੁਦਾਈ ਦੇ ਦੌਰਾਨ ਤੁਹਾਨੂੰ ਡਿਫਰੈਂਟ ਲੇਅਰਸ ਨਜ਼ਰ ਆ ਰਹੀਆਂ ਨੇ ਪੱਥਰਾਂ ਦੀਆਂ ਵਿੱਚ ਵਿੱਚ ਕਿਤੇ ਕਿਤੇ ਤੁਹਾਨੂੰ ਤਹਿ ਜਿਹੜੀ ਹੈ ਕੱਚ ਚੂਨਾਗਰੀ ਦੀ ਵੀ ਦਿਖ ਰਹੀ ਹੈ ਇਹ ਬਿਲਕੁਲ ਸਰੋਵਰ ਸਾਹਿਬ ਦੇ ਨਾਲ ਕਹਿ ਲਓ ਤੁਸੀਂ 4 ਤੋਂ 5 ਫੁੱਟ ਥੱਲੇ ਆ ਵਾਲਸ ਨਿਕਲ ਰਹੀਆਂ ਨੇ ਠੀਕ ਹੈ ਜੀ ਲੇਕਿਨ ਇਹਦੇ ਵਿੱਚ ਜ਼ਿਆਦਾ ਸੈਂਡਸਟੋਨ ਸਟੈਂਟ ਸਟੋਨ ਕਿੰ ਨੂੰ ਕਿਹਾ ਜਾ ਰਿਹਾ ਹੈ ਇਹ ਜਿਹੜਾ ਗ੍ਰੀ ਕਲਰ ਦਾ ਉੱਤੇ ਲੇਅਰ ਲੱਗੀ ਹੋਈ ਆ ਪੱਥਰਾਂ ਦੀ ਫਿਰ ਉਸ ਤੋਂ ਬਾਅਦ ਥੱਲੇ ਲਾਈਮ ਲਾਈਨ ਯਾਨੀ ਕਿ ਕੱਚ ਚੂਨਾ ਗੀਰੀ ਜਾਂ ਸਰਖਾ ਜਿਹੜਾ ਹੈ ਉਹ ਨਿਕਲ ਰਿਹਾ ਥੱਲੋਂ ਔਰ ਇੱਕ ਲੇਅਰ ਹੋਰ ਥੱਲੇ ਨਿਕਲ ਰਹੀ ਹੈ ਦੇਖੋ ਅਗਰ ਟੀਨ ਥੱਲੇ ਹੋਰ ਜਾਂਦੀ ਹੈ ਤਾਂ ਕੀ ਨਿਕਲਦਾ ਅਸਲ ਦੇ ਵਿੱਚ ਲੱਭਿਆ ਕੀ ਜਾ ਰਿਹਾ ਇਹਦੀ ਡਰੇਨੇਜ ਲਾਈਨ origignal drainage line ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੈਸੇ ਤਾਂ ਇੱਕ ਲਾਈਨ ਲੱਭ ਲਈ ਹੈ ਜਿਹੜੀ ਕਿ ਸਰੋਵਰ ਸਾਹਿਬ ਦੇ ਵਿੱਚੋਂ ਜਿਹੜਾ ਜ਼ਿਆਦਾ ਪਾਣੀ ਸੀ ਉਹ ਕਿੱਥੋਂ ਬਾਹਰ ਨਿਕਲਦਾ ਸੀ ਉਸ ਜਗ੍ਹਾ ਬਾਰੇ ਸਰਵੇ ਕੀਤਾ ਜਾ ਰਿਹਾ ਹੈ ਕਿ ਕਿੱਥੋਂ-ਕਿੱਥੋਂ ਕਿੰਨੀ ਜਗ੍ਹਾ ਤੋਂ ਪਾਣੀ ਜਿਹੜਾ ਉਹ ਬਾਹਰ ਆਂਦਾ ਹੁੰਦਾ ਸੀ ਚਵਾ ਸਾਹਿਬ ਦਾ ਫੇਰ ਇੱਕ ਵਾਰੀ ਤੁਹਾਨੂੰ ਯਾਦ دہਾਨੀ ਕਰਾਉਂਦੇ ਚੱਲੀਏ ਜਿਹੜੇ ਲੋਕਾਂ ਨੇ ਪਹਿਲੇ ਪ੍ਰੋਗਰਾਮ ਨਹੀਂ ਦੇਖਿਆ ਕਿ ਇਸ ਜਗ੍ਹਾ ਦੇ ਤੱਕੇ ਬਾਬਾ ਗੁਰਨਾਨਕ ਸਾਹਿਬ ਜੋਗੀਆਂ ਤੋਂ ਗੱਲ ਕਰਕੇ ਥੱਲੇ ਉਤਰੇ ਸੀ ਟਿੱਕਾ ਟਿੱਲਾ ਜੋਗੀਆਂ ਤੋਂ ਠੀਕ ਹੈ ਜੀ ਜਿੱਥੇ ਸਿੱਧ ਗੋਸ਼ਟੀ ਹੋਈ ਸੀ ਜਾਂ ਬਾਲ ਗਿੰਦਾਈ ਜੀ ਨਾਲ ਉੱਤੇ ਗੱਲਬਾਤ ਹੋਈ ਸੀ ਉਸ ਵਕਤ ਦੇ ਜਿਹੜੇ ਸਾਧੂ ਸਨ ਉਹਨਾਂ ਨਾਲ ਗੱਲ ਹੋਈ ਸੀ ਜੋਗੀਆਂ ਨਾਲ ਉਸ ਤੋਂ ਬਾਅਦ ਬਾਬਾ ਗੁਰੂ ਨਾਨਕ ਸਾਹਿਬ ਇੱਥੇ ਆ ਕੇ ਬੈਠੇ ਸੀ ਔਰ ਜਿਹੜੀ ਇੱਥੇ ਦੀ ਲੋਕਲ ਸੰਗਤ ਸੀ ਉਹਨਾਂ ਨੂੰ ਪਾਣੀ ਪੀਣ ਨੂੰ ਨਹੀਂ ਸੀ ਲੱਭਦਾ ਤੇ ਕਾਲ ਪੈ ਜਾਂਦਾ ਸੀ ਪਾਣੀ ਦਾ ਗਰਮੀਆਂ ਦੇ ਵਿੱਚ ਕਿਲਾ ਰੋਤਾਸ ਦੇ ਅੰਦਰ ਸੋ ਇਹ ਸਰੋਵਰ ਸਾਹਿਬ ਜਿਹੜਾ ਸੀ ਉਸ ਵੇਲੇ ਬਾਬਾ ਗੁਰੂ ਨਾਨਕ ਸਾਹਿਬ ਦੀ ਕਰਾਮਾਤ ਦੇ ਨਾਲ ਇੱਥੇ ਜਾਰੀ ਹੋਇਆ ਔਰ ਉਹਦਾ ਨਾਮ ਅੰਮ੍ਰਿਤਕੁੰਡ ਰੱਖਿਆ ਗਿਆ ਸੀ ਐਸ ਵਲੈਸੀ ਅਮਰਤ ਕੁੰਡ ਦੇ ਬਾਹਰਲੇ ਪਾਸੇ ਆਂ ਔਰ ਤੁਹਾਨੂੰ ਦਿਖਾ ਰਹੇ ਆਂ ਸੀ ਕਿ ਕਿੱਥੋਂ ਸਰੋਵਰ ਸਾਹਿਬ ਦਾ ਪਾਣੀ ਜਿਹੜਾ ਹੈ ਉਹ ਬਾਹਰ ਨੂੰ ਨਿਕਲਦਾ ਸੀ ਐਗਜ਼ਿਟ ਕਿੱਥੇ ਸੀ ਦੀ जी सरोवर साहब का फिलहाल नज़र आ रहा होगा थोड़ा इस जगह तो जाके थले पॉइंट जा रहे हैं बाहर तो ही देखा जा रहा है कि कितों एग्जॉसटिंग जी पानी की वो होंगी सीता देखते रहो फिर रंजीत निगारा मैं हाँ तो अपना होस्ट शाहिद शबीर बाबा जी